ਦੇਖੋ ਅੱਜ ਇੱਕ ਗੱਲ ਦਾ ਪਾਜਤਾ ਉਗੜ ਗਿਆ ਨਾ, ਵੀ ਬੜੇ ਲੰਮੇ ਸਮੇਂ ਤੋਂ ਆਦਰਸ਼ਵਾਦੀ ਗੱਲਾਂ ਕਰਨ ਵਾਲੇ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ, ਕਾਂਗਰਸ ਨੂੰ ਗਾਲਾਂ ਕੱਢਣ ਵਾਲੇ, 84 ਦੇ ਦੰਗਿਆਂ ਦੇ ਉੱਤੇ, ਹਰਿਮੰਦਰ ਸਾਹਿਬ ਦੇ ਅਟੈਕ ਦੇ ਉੱਤੇ, ਕਾਂਗਰਸ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ, ਉਹਨਾਂ ਦੇ ਮਨ ਵਿੱਚ ਕੀ ਸੀ ਉਹ ਅੱਜ ਪਤਾ ਲੱਗ ਗਿਆ। ਇਹ ਪਹਿਲਾਂ ਹੀ ਕਾਂਗਰਸੀ ਸਨ। ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖੋ, ਇਹਨਾਂ ਨੇ 2 ਵਾਰ ਬਿੱਟੂ ਦੀ ਮਦਦ ਕੀਤੀ ਇਲੈਕਸ਼ਨ ਅਤੇ ਲੋਕ ਸਭਾ ਦੇ ਵਿੱਚ ਲੜ ਕੇ। ਲੋਕ ਸਭਾ ਲੜਨ ਦਾ ਇਹਨਾਂ ਦਾ ਕਾਰਨ ਜਿੱਤਣਾ ਨਹੀਂ ਸੀ, ਇਹਨਾਂ ਦਾ ਸਿਰਫ ਅਤੇ ਸਿਰਫ ਬਿੱਟੂ ਨੂੰ, ਕਾਂਗਰਸ ਨੂੰ ਜਿਤਾਉਣਾ ਮਤਲਬ ਹੋਇਆ ਕਰਦਾ ਸੀ। ਅਜਾਲੀ ਸਾਹਿਬ ਖੜ੍ਹੇ, ਇਹਨਾਂ ਨੇ ਆਜ਼ਾਦ ਪੇਪਰ ਭਰੇ। ਕਿਉਂ ਭਰੇ? ਕਿਉਂਕਿ ਬਿੱਟੂ ਦੀ ਮਦਦ ਕਰਨੀ ਸੀ। ਉਦੋਂ ਬਾਅਦ ਗਰੇਵਾਲ ਸਾਹਿਬ ਖੜ੍ਹੇ, ਇਹਨਾਂ ਨੇ ਫਿਰ ਆਜ਼ਾਦ ਪੇਪਰ ਭਰੇ। ਉਹ ਵੀ ਇਹਨਾਂ ਦਾ ਮਨਸੂਬਾ ਸੀ ਵੀ ਕਿਸੇ ਨਾ ਕਿਸੇ ਰੂਪ 'ਚ ਬਿੱਟੂ ਦੀ ਮਦਦ ਕੀਤੀ ਜਾਵੇ। ਇਹ ਪੰਜਾਬ ਦੇ ਕਾਤਲਾਂ ਦਾ, ਸਿੱਖ ਨੌਜਵਾਨ ਦੇ ਕਾਤਲਾਂ ਦੀ ਮਦਦ ਕਰਦੇ ਰਹੇ ਨੇ ਹੁਣ ਤੱਕ। ਅੱਜ ਇਹਨਾਂ ਦਾ ਪਾਜ ਉਗੜ ਗਿਆ ਔਰ ਸਾਹਮਣੇ ਗੱਲ ਆ ਗਈ ਕਿ ਜੋ ਪਿਛਲੇ 15-20 ਸਾਲ ਤੋਂ ਕਰਦੇ ਆ ਰਹੇ ਸੀ ਡਰਾਮਾ, ਅੱਜ ਉਹ ਡਰਾਮਾ ਇਹਨਾਂ ਦਾ ਸਾਹਮਣੇ ਆ ਗਿਆ। ਇਹਨਾਂ ਨੇ ਕਾਂਗਰਸ ਦੀ ਸਿੱਧੇ ਰੂਪ ਦੇ ਵਿੱਚ ਮਦਦ ਕਰਨ ਦਾ ਫੈਸਲਾ ਕਰਤਾ। ਉਹ ਕਾਂਗਰਸ ਜਿਹਨੇ ਸਾਡੇ ਨਾਲ ਹਮੇਸ਼ਾ ਵਿਤਕਰੇ ਕੀਤੇ, ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਹਜ਼ਾਰਾਂ ਨੌਜਵਾਨ ਸਾਡੇ ਸ਼ਹੀਦ ਕੀਤੇ, ਦਿੱਲੀ ਦੇ ਵਿੱਚ ਦੰਗੇ ਕਰਵਾਏ, ਲੱਖਾਂ ਲੋਕ ਸ਼ਹੀਦ ਕੀਤੇ ਔਰ ਸਾਡੇ ਪਵਿੱਤਰ ਗ੍ਰੰਥਾਂ ਦਾ ਬੇਅਦਬੀ ਕੀਤੀ, ਗੋਲੀਆਂ ਮਾਰੀਆਂ, ਤਰ੍ਹਾਂ ਤਰ੍ਹਾਂ ਦੇ ਨਾਲ ਸਿੱਖ ਕੌਮ ਨੂੰ ਇਹਨਾਂ ਨੇ, ਕਾਂਗਰਸ ਨੇ ਜਲੀਲ ਕੀਤਾ। ਅੱਜ ਇਹ ਉਹਦੇ ਮੈਂਬਰ ਪੱਕੇ ਤੌਰ 'ਤੇ ਬਣ ਗਏ, ਪਹਿਲਾਂ ਇਹ ਉਹਦੇ ਤੌਰ 'ਤੇ ਆਰਜ਼ੀ ਤੌਰ 'ਤੇ ਮੈਂਬਰ ਸਨ ਅਤੇ ਮਦਦ ਕਰਦੇ ਸਨ। ਦੇਖੋ, ਇਲੈਕਸ਼ਨ ਜਿਹੜੀ ਆ ਨਾ ਜੀ, ਸਾਡੀ ਦੇਸ਼ ਲੋਕਤੰਤਰ ਦੇਸ਼ ਆ ਔਰ ਲੋਕਤੰਤਰ ਦੇ ਵਿੱਚ ਹਿੰਦੁਸਤਾਨ ਦੀ ਸਭ ਤੋਂ ਵੱਡੀ ਇਲੈਕਸ਼ਨ ਲੋਕ ਸਭਾ ਦੀ ਇਲੈਕਸ਼ਨ। ਲੋਕ ਸਭਾ ਦੀ ਇਲੈਕਸ਼ਨ, ਆਮ ਚੋਣਾਂ ਹਿੰਦੁਸਤਾਨ 'ਚ ਹੋ ਰਹੀਆਂ ਨੇ ਔਰ ਪੰਜਾਬ ਦੀ ਵਾਰੀ ਸ਼ੁਰੂ ਹੋਣ ਜਾ ਰਹੀ ਹੈ ਔਰ ਪੰਜਾਬ 'ਚ ਸਾਰੀਆਂ ਵੱਖ ਵੱਖ ਪਾਰਟੀਆਂ ਆਪਣੀ ਇਲੈਕਸ਼ਨ ਲੜ ਰਹੀਆਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਗਿਆ ਔਰ ਮੈਂ ਅੱਜ ਆਪਣੇ ਸਾਥੀਆਂ ਸਮੇਤ, ਆਪਣੇ ਸੀਨੀਅਰ ਸਾਥੀਆਂ ਸਮੇਤ, ਸਾਡੇ MLA ਸਾਹਿਬ, ਜਾਲੀ ਸਾਹਿਬ, ਹਲਕਾ ਇੰਚਾਰਜ ਸਾਹਿਬਾਨ, ਪ੍ਰਧਾਨ ਸਾਹਿਬਾਨ, ਵੈਸੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਆਏ ਸੀ, ਸਾਥੀ ਬਾਹਰ ਖੜ੍ਹੇ ਨੇ, ਉਹਨਾਂ ਦੇ ਸਮੇਤ ਆਪਣੇ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਆਇਆ ਔਰ ਇਸ ਤੋਂ ਬਾਅਦ ਵਿਧੀਵਤ ਤਰੀਕੇ ਦੇ ਨਾਲ ਇਲੈਕਸ਼ਨ ਸ਼ੁਰੂ ਹੋ ਜਾਣੀ। ਸੋ ਮਾਲਕ ਕਿਰਪਾ ਕਰੂਗਾ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਤਰੀਕੇ ਨਾਲ ਲੋਕਾਂ 'ਚ ਆਪਣਾ ਮੈਸੇਜ ਦੇਵਾਂਗੇ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੀ ਸਾਰੀ ਸੰਗਤ ਇੱਥੇ ਆਈ ਹੈ, ਪੰਜਾਬ ਨੂੰ ਪਿਆਰ ਕਰਨ ਵਾਲੀ। ਪੰਜਾਬ ਸਾਡਾ ਆਪਣਾ ਘਰ ਵਾ, ਪੰਜਾਬ ਨੂੰ ਬਚਾਉਣਾ, ਕਿਉਂਕਿ ਇਸ ਵੇਲੇ ਪੰਜਾਬ ਵਿਰੋਧੀਆਂ ਦੇ ਕਾਰਨ, ਬਾਹਰੀ ਪਾਰਟੀਆਂ ਦੇ ਕਾਰਨ ਨਿਸ਼ਾਨੇ 'ਤੇ ਆ ਉਹਨਾਂ ਦੇ ਔਰ ਪੰਜਾਬ ਨੂੰ ਉਹ ਮਾਰਨਾ ਚਾਹੁੰਦੇ ਨੇ ਔਰ ਅਕਾਲੀ ਦਲ ਪੰਜਾਬ ਨੂੰ ਬਚਾਉਣਾ ਚਾਹੁੰਦਾ। ਅੱਜ ਅਕਾਲੀ ਦਲ ਦੇ ਹਮਾਇਤ ਵਿੱਚ ਉਹ ਸਾਰੇ ਲੋਕ ਆਏ ਹੋਏ ਸਨ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ। ਠੀਕ ਹੈ, ਥੈਂਕ ਯੂ।